ਸੋ ਮਨਦੀਪ ਸਿੰਘ ਮੰਨੇ ਨੂੰ ਇਹ ਲੱਗਦਾ ਸੀਗਾ ਕਿ ਇਹ ਇੰਦਰਬੀਰ ਬਲਾਰੀਆ ਦੇ ਟੱਚ ਦੇ ਵਿੱਚ ਜਿਹੜਾ ਆ ਉਹ ਹੈਗਾ ਆ ਕਿ ਕਿਤੇ ਗੱਲ ਲੀਕ ਨਾ ਹੋ ਜੇ। ਮੈਨੂੰ ਸ਼ਹੀਦਾਂ ਸਾਹਿਬ ਦੇ ਬਾਹਰ ਬੁਲਾਉਂਦਾ ਆ, ਉੱਥੇ ਆਪਣੀ ਇਨੋਵਾ ਗੱਡੀ ਦੇ ਵਿੱਚ ਆਉਂਦਾ ਤੇ ਮੈਨੂੰ ਨਾਲ ਲੈ ਕੇ ਜਾਂਦਾ ਆ, ਤੇ ਅੱਗੇ ਜਾ ਕੇ ਇੱਕ ਸਾਡੇ ਉਹ ਟਾਂਗਰਾ ਤੋਂ ਮੈਮ ਐਨਜੀਓ ਚਲਾਉਂਦੇ ਨੇ, ਉਹਨਾਂ ਦੀ ਗੱਡੀ ਜਿਹੜੀ ਆ ECU ਉਹ ਉਹਨਾਂ ਨੂੰ ਕੋਈ ਬੰਦਾ ਦੇ ਕੇ ਜਾਂਦਾ, ਜਿਹੜੀ ਅਸੀਂ ਲੋਕਡਾਊਨ ਦੇ ਦੌਰਾਨ ਜਦੋਂ ਰਾਸ਼ਨ ਵੰਡਦੇ ਸੀਗੇ ਉਸੇ ਗੱਡੀ ਦੇ ਵਿੱਚ ਅਸੀਂ ਉਹ ਵੰਡਦੇ ਸੀਗੇ। ਮੇਬੀ ਉਹਦਾ ਨੰਬਰ 2816 ਜਾਂ ਇਦਾਂ ਕੁਛ ਸੀਗਾ। ਉਸ ਵੀਡੀਓ ਦੇ ਵਿੱਚ ਵੀ ਉਹ ਗੱਡੀ ਜਿਹੜੀ ਨਜ਼ਰ ਆ ਰਹੀ ਹੈ, ਉੱਥੋਂ ਗੱਡੀ ਚੇਂਜ ਕੀਤੀ ਗਈ। ਸੋ ਮੈਨੂੰ ਇਹ ਲੱਗਦਾ ਸੀਗਾ ਕਿ ਸ਼ਾਇਦ ਅਸੀਂ ਕੂੜੇ ਦੇ ਡੰਪ ਵੱਲ ਜਾ ਰਹੇ ਹਾਂ, ਕਿਉਂਕਿ ਮੈਨੂੰ ਇਸ ਬਾਰੇ ਕੁਝ ਵੀ ਦੱਸਿਆ ਨਹੀਂ ਗਿਆ ਸੀਗਾ ਕਿ ਕਿਤੇ ਗੱਲ ਲੀਕ ਨਾ ਹੋ ਜੇ। ਰਾਹ ਦੇ ਵਿੱਚ ਸਾਨੂੰ ਉਹ ਐਸਡੀਓ ਸਾਹਿਬ ਮਿਲਦੇ ਨੇ, ਉਹ ਸਾਡੀ ਗੱਡੀ 'ਚ ਬੈਠਦੇ ਨੇ, ਆਪਣੀ ਗੱਡੀ ਉੱਥੇ ਕਿਤੇ ਪਾਰਕ ਕਰ ਦਿੰਦੇ ਨੇ, ਤੇ ਅਸੀਂ ਕੂੜੇ ਦੇ ਡੰਪ ਵੱਲ ਜਾਂਦੇ ਹਾਂ। ਉੱਥੇ ਜਾ ਕੇ ਜਦੋਂ ਉੱਥੇ ਮੈਂ ਵੀਡੀਓ ਦੇਖ ਰਿਹਾ ਹੁੰਦਾ ਵੀ ਕਿਸ ਤਰ੍ਹਾਂ ਬਣ ਸਕਦੀ ਹੈ, ਮੈਨੂੰ ਉਦੋਂ ਵੀ ਇਹ ਸਾਰੇ ਮਸਲੇ ਦਾ ਪਤਾ ਨਹੀਂ ਸੀਗਾ ਵੀ, ਕਿਉਂਕਿ ਉਹ ਕੂੜੇ ਦੇ ਡੰਪ ਦੀ ਉਦੋਂ ਦੀ ਗੱਲ ਚੱਲਦੀ ਸੀ, ਉਦੋਂ ਕੂੜੇ ਡੰਪ ਦਾ ਰੋਲਾ ਵੀ ਸੀਗਾ, ਮੇਬੀ ਉਹ ਸ਼ਿਫਟ ਕਰਨ ਦਾ ਰੋਲਾ ਸੀਗਾ ਜਾਂ ਕੀ ਸੀਗਾ। ਅਸੀਂ ਵੀਡੀਓ ਬਣਾ ਰਹੇ ਹੁੰਦੇ ਹਾਂ ਕਿ ਬਹੁਤ ਸਾਰੇ ਲੋਕ ਉੱਥੇ ਇਕੱਠੇ ਹੋ ਕੇ ਆ ਜਾਂਦੇ ਨੇ, ਉਹ ਧੱਕਾ ਮੁੱਕੀ ਕਰਦੇ ਨੇ, ਤੇ ਇੱਥੇ ਮੈਂ ਵੀ ਕਲੀਅਰ ਕਰਦਾ ਜਿਹੜੀ ਉਹ ਵੀਡੀਓ ਆ ਉਹ 10 ਜਾਂ 11 ਨਵੰਬਰ 2021 ਦੀ ਆ, ਲਗਭਗ 1.5 ਤੋਂ 2 ਸਾਲ ਪੁਰਾਣੀ ਉਹ ਵੀਡੀਓ ਆ। ਉਹ ਧੱਕਾ ਮੁੱਕੀ ਕਰਦੇ ਨੇ, ਉੱਥੇ ਕੀ ਹੁੰਦਾ ਆ ਜਿਹੜੀ ਉਹ ਵੀਡੀਓ ਉਹਨਾਂ ਨੇ ਪਾਈ ਆ ਉਹ ਉਸ ਵੀਡੀਓ ਦਾ ਇੱਕ ਛੋਟਾ ਜਿਹਾ ਪਾਰਟ ਆ, ਉਸ ਤੋਂ ਇਲਾਵਾ ਉਹ ਵੀਡੀਓ ਹਜੇ ਪੂਰੀ ਜਿਹੜੀ ਆ ਉਹਨਾਂ ਕੋਲ ਹਜੇ ਵੀ ਅਵੇਲੇਬਲ ਆ। ਮੈਂ ਉੱਥੋਂ ਜਿਹੜੀ ਧੱਕਾ ਮੁੱਕੀ ਹੁੰਦੀ ਆ ਉਹਦੇ ਵਿੱਚ ਮਨਦੀਪ ਸਿੰਘ ਮੰਨਾ ਕੁਛ ਵੀ ਨਹੀਂ ਬੋਲਦਾ ਵੀ ਅਸੀਂ ਇਹਨਾਂ ਦੇ ਦਾ ਰਿਪਲਾਈ ਕਰਨਾ ਜਾਂ ਕੀ ਕਰਨਾ, ਉਹਦੀ ਕੀ ਉਹਦੀ ਸਟ੍ਰੈਟੇਜੀ ਸੀਗੀ। ਮੈਨੂੰ ਉਹਨੇ ਆਪਾਂ ਚਾਹੇ ਸਾਡੀ ਗਿਣਤੀ ਘੱਟ ਸੀਗੀ ਪਰ ਉਹ ਲੜਾਈ ਕਰਕੇ ਚਾਹੇ ਸਾਡਾ ਹੀ ਨੁਕਸਾਨ ਹੁੰਦਾ ਉਹ ਕੀਤਾ ਜਾ ਸਕਦਾ ਸੀਗਾ। ਮੇ ਬੀ ਉਹਨੂੰ ਇਹ ਲੱਗਿਆ ਕਿ ਸਾਡੀ ਗਿਣਤੀ ਘੱਟ ਆ ਤੇ ਅਸੀਂ ਇੱਥੋਂ ਨਿਕਲੀਏ। ਜਦੋਂ ਅਸੀਂ ਨਿਕਲਦੇ ਹਾਂ ਤੇ ਉਸ ਤੋਂ ਬਾਅਦ ਉਹ ਜਿਹੜੇ ਸਾਰੀ ਉਹ ਟੀਮ ਉਹ ਇੰਦਰਬੀਰ ਸਿੰਘ ਬਲਾਰੀਆ ਦੇ ਸਭ ਤੋਂ ਖਾਸ ਬੰਦੇ ਜਿਹੜੇ ਆ ਜਿਹੜੇ ਪ੍ਰੋਪਰਟੀ ਦਾ ਜਾਂ ਉਹਦੇ ਬਿਜ਼ਨਸ ਦੇ ਵਿੱਚ ਜਿਹੜੇ ਉਹ ਪਾਰਟਨਰਸ ਹੁੰਦੇ ਨੇ ਉਹ ਮੈਨੂੰ ਪਤਾ ਲੱਗਦਾ ਕਿ ਉਹ ਨੇ। ਮੈਂ ਉਹਨਾਂ ਨੂੰ ਮਿਲਦਾ ਆ ਉਹਨਾਂ ਤੋਂ, ਕਿਉਂਕਿ ਉਹਨਾਂ ਨੂੰ ਇਹ ਡਾਊਟ ਸੀਗਾ ਕਿ ਸ਼ਾਇਦ ਮੈਂ ਵੀ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਨਾਲ ਜਿਹੜਾ ਆ ਉਹ ਰਹਿੰਦਾ ਆ। ਮੈਨੂੰ ਬੁਲਾਰੀਆ ਸਾਹਿਬ ਵੀ ਮਿਲਦੇ ਆ ਤੇ ਗੱਲ ਇਹ ਹੁੰਦੀ ਆ ਉਹ ਮੈਨੂੰ ਇਹ ਦੱਸਦੇ ਆ ਕਿ ਇਸ ਚੀਜ਼ ਦੇ ਵਿੱਚ ਜੋ ਮੈਨੂੰ ਉਹਨਾਂ ਨੇ ਦੱਸਿਆ ਆ ਕਿ 1.25 ਕਰੋੜ ਅਸੀਂ ਮਹੀਨੇ ਨੂੰ ਜਿਹੜਾ ਆ ਉਹ ਦੇ ਚੁੱਕੇ ਆ ਤੇ ਉਸ ਤੋਂ ਬਾਅਦ ਜਿਹੜੇ ਆ ਇਹ ਸਾਨੂੰ ਖਰਾਬ ਕਰ ਰਿਹਾ, ਇਹ ਵੱਧ ਪੈਸੇ ਮੰਗ ਰਿਹਾ ਆ ਉਸ ਕਲੋਨੀ ਨੂੰ ਰੈਗੂਲਰ ਕਰਨ ਦੇ ਚੱਕਰ ਦੇ ਵਿੱਚ ਅਫਸਰਾਂ ਨਾਲ ਮਿਲ ਕੇ ਇਹ ਗੱਲ ਚੱਲ ਰਹੀ ਹੈ। ਇਸ ਗੱਲ 'ਚ ਕਿੰਨੀ ਸੱਚਾਈ ਆ ਕਿੰਨਾ ਝੂਠ ਆ ਮੈਂ ਇਸ ਬਾਰੇ ਨਹੀਂ ਜਾਣਦਾ। ਉਸ ਤੋਂ ਬਾਅਦ ਮਨਦੀਪ ਸਿੰਘ ਮੰਨੇ ਦੇ ਨਾਲ ਜਿਹੜੇ 2 ਜਾਣੇ ਹੋਰ ਨਾਲ ਕੰਮ ਕਰਦੇ ਨੇ, ਅਸੀਂ ਕਲਾਸਮੇਟਸ ਹਾਂ, ਅਸੀਂ ਮਹੱਲੇ 'ਚ ਵੀ ਰਹਿੰਦੇ ਹਾਂ, ਨਰਸਰੀ ਤੋਂ ਇਕੱਠੇ ਪੜ੍ਹਦੇ ਰਹੇ ਹਾਂ, ਮੇਰਾ ਵੀਰ ਰਾਜਾ ਮਹਿਤਾ, ਅਜੇ ਸ਼ਰਮਾ ਤੇ ਮੈਂ, ਅਸੀਂ ਸ਼ੁਰੂ ਤੋਂ ਉਹਦੇ ਨਾਲ, ਮਤਲਬ ਕਿਉਂਕਿ ਜਦੋਂ ਕੰਪਨੀ ਹੋ ਜਾਂਦੀ ਹੈ ਦੋ ਦੋਸਤ ਤੁਹਾਡੇ ਨਾਲ ਹੋਣ ਉਧਰੋਂ ਮੰਨਾ ਹੋਵੇ ਤੇ ਉਹ ਜ਼ਿਆਦਾ ਇੱਕ ਕੰਪਨੀ ਜੀ ਸਾਡੀ ਜਿਹੜੀ ਉਹ ਬਣ ਜਾਂਦੀ ਰਹੀ। ਤੇ ਉਹ ਜਿਹੜੀ ਆ ਅਸੀਂ ਰਾਤ ਉਸੇ ਰਾਤ ਨੂੰ ਉਹ ਫਿਰ ਮਨਦੀਪ ਸਿੰਘ ਮੰਨੇ ਨੂੰ ਮਿਲਣ ਲਈ ਕਹਿੰਦੇ ਨੇ ਕਿ ਉਹ ਮਿਲਦੇ ਆ ਕੋਈ ਗੱਲ ਕਰਨੀ ਉਹਨਾਂ ਨੇ, ਤੇ ਨਾਵਲਟੀ ਦੇ ਥੱਲੇ ਲਾਂਸਫੋਰਡ ਚੌਂਕ ਦੇ ਵਿੱਚ ਇਹ ਆਪਸ 'ਚ ਮਿਲਦੇ ਨੇ। ਅਸੀਂ ਗੱਡੀ 'ਚ ਬੈਠੇ ਰਹਿੰਦੇ ਆ, ਇਹ ਉਹ ਜਿਹੜੇ ਮੁੰਡੇ ਦੋ ਸੀਗੇ ਇੱਕ ਹੋਰ ਨਵਾਂ ਬੰਦਾ, ਇਹ ਨਾਵਲਟੀ ਚੌਂਕ 'ਚ ਖਲੋ ਕੇ ਕੋਈ ਗੱਲਬਾਤ ਕਰਦੇ ਨੇ। ਇਹ ਕੀ ਗੱਲ ਕਰਦੇ ਨੇ ਇਹਦੇ ਬਾਰੇ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਨਹੀਂ। ਮੈਂ ਉਹ ਸ਼ਖਸ ਆ ਜਿਹਨੂੰ ਪੰਜਾਬ ਸਰਕਾਰ ਨੇ ਬਹਾਦਰੀ ਦਾ ਪੁਰਸਕਾਰ ਦਿੱਤਾ ਜਦੋਂ 8 ਕਿਲੋਮੀਟਰ 2 ਖੋਹ ਕਰਨ ਵਾਲਿਆਂ ਦਾ ਮੈਂ ਪਿੱਛਾ ਕੀਤਾ, ਉਹਨਾਂ ਕੋਲ ਹਥਿਆਰ ਸੀਗੇ, ਮੈਂ ਇਕੱਲਾ ਕਿਸੇ ਗੱਲੋਂ ਡਰਿਆ ਨਹੀਂ। 8 ਕਿਲੋਮੀਟਰ ਪਿੱਛਾ ਕਰਨ ਦੇ ਬਾਅਦ ਮੈਂ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਅਰੈਸਟ ਕਰਵਾਈ, ਉਹਨਾਂ ਤੇ ਪਰਚਾ ਦਰਜ ਕਰਵਾਇਆ ਅਤੇ ਮਾਣਯੋਗ ਕੋਰਟ ਨੇ ਉਸ ਕੇਸ ਨੂੰ ਫਾਸਟ ਟਰੈਕ ਤੇ ਸੁਣ ਕੇ ਤੇ 5-5 ਸਾਲ ਦੀ ਉਹਨਾਂ ਦੋਵਾਂ ਨੂੰ ਸਜ਼ਾ ਕੀਤੀ ਗਈ। ਇਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਮੈਨੂੰ ਬਹਾਦਰੀ ਪੁਰਸਕਾਰ ਨਾਲ ਜਿਹੜਾ ਆ ਉਹ ਨਵਾਜਿਆ ਗਿਆ। ਅੱਜ ਵੀ ਮੈਂ ਆਪਣੇ ਨਾਮ ਦੇ ਨਾਲ ਸਟੇਟ ਅਵਾਰਡੀ ਜਿਹੜਾ ਲਿਖਦਾ ਆ। ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਘਬਰਾਉਣ ਵਾਲਾ ਨਹੀਂ ਹੈ। ਗੱਲ ਉੱਥੇ ਸਟ੍ਰੈਟਜੀ ਦੀ ਸੀਗੀ ਕਿ ਮੌਕੇ ਮੁਤਾਬਿਕ ਕੀ ਕਰਨਾ ਚਾਹੀਦਾ ਸੀ ਕੀ ਨਹੀਂ ਕਰਨਾ ਚਾਹੀਦਾ, ਇਹ ਤੇ ਇੱਕ ਗੱਲ। ਇਸ ਤੋਂ ਇਲਾਵਾ ਕਈ ਚੀਜ਼ਾਂ ਐਸੀਆਂ ਘਟਨਾਵਾਂ ਜ਼ਿੰਦਗੀ 'ਚ ਵਾਪਰੀਆਂ ਜਿੱਥੋਂ ਨਾ ਕਦੇ ਡਰੇ ਆ ਨਾ ਡਰਨ ਵਾਲੇ ਆ। ਗੱਲ ਇਹ ਸੀਗੀ ਕਿ ਉੱਥੇ ਜਿਹੜਾ ਸਾਡਾ ਚੀਫ ਸੀਗਾ, ਜਿਹੜਾ ਜਿਹੜਾ ਮੇਰਾ ਕਲਾਇੰਟ ਸੀਗਾ ਮਨਦੀਪ ਸਿੰਘ ਮੰਨਾ ਜਾਂ ਜਿਹੜਾ ਉਹਦਾ ਕੀ ਰਿਐਕਸ਼ਨ ਸੀਗਾ, ਦੂਜਾ ਮੈਨੂੰ ਇਹਨਾਂ ਦੇ ਝਗੜੇ 'ਚ ਪੈ ਕੇ ਮੈਂ ਕਰਨਾ ਕੀ ਸੀਗਾ। ਮੈਂ ਤਾਂ ਆਪਣਾ ਕੰਮ ਕਰਨ ਲਈ ਗਿਆ ਸੀਗਾ ਕਿ ਮੈਂ ਵੀਡੀਓ ਬਣਾਵਾਂ, ਸ਼ੂਟਿੰਗ ਕਰਾਂ, ਐਡਿਟ ਕਰਾਂ ਤੇ ਉਹ ਲੋਕਾਂ ਸਾਹਮਣੇ ਆਪਣਾ ਇਸ਼ੂ ਚੁੱਕ ਲੈਣ। ਸੋ ਇਹ ਕੰਪਲੀਟ ਇਸ਼ੂ ਸੀਗਾ ਕਿ ਤਾਰਾਂ ਵਾਲੇ ਪੁਲ ਤੋਂ ਜਿਹੜਾ ਸੱਜੇ ਹੱਥ ਮੁੜ ਕੇ ਤਰਨ ਤਾਰਨ ਉੱਤੇ ਗੋਲ ਘਤਾਰੇ ਤੋਂ ਜਿਹੜਾ ਉਹ ਜਿਹੜਾ ਪੁਲ ਬਣਿਆ ਹੋਇਆ ਉਧਰ ਦੀ ਇੱਕ ਰੋਡ ਬਣਾਈ ਜਾਣੀ ਸੀਗੀ ਜਿਹੜੀ ਦਾਣਾ ਮੰਡੀ ਤੇ ਥਾਣੀ ਹੋ ਕੇ ਦਾਣਾ ਮੰਡੀ 'ਚ ਖਤਮ ਹੋਣੀ ਸੀਗੀ ਤੇ ਉਧਰੋਂ ਸ਼ਹਿਰ ਨੂੰ ਜੋੜੀ ਜਾਣੀ ਸੀਗੀ। ਉਹਦੇ ਵਿੱਚ ਕੁਝ ਜਗ੍ਹਾ ਖਰੀਦ ਕੇ ਇੰਦਰਬੀਰ ਬੁਲਾਰੀਆ ਵੱਲੋਂ ਉੱਥੇ ਕਲੋਨੀਆਂ ਕੱਟੀਆਂ ਜਾ ਰਹੀਆਂ ਸੀ, ਜੋ ਮੈਨੂੰ ਮਨਦੀਪ ਸਿੰਘ ਮੰਨੇ ਨੇ ਇਸ ਗੱਲ ਦਾ ਬਾਅਦ 'ਚੋਂ ਦੱਸਿਆ ਗਿਆ। ਹੁਣ ਇਸ ਗੱਲ 'ਚ ਕੀ ਸੱਚਾਈ ਆ ਕੀ ਝੂਠ ਆ ਇਹ ਮੈਂ ਤੁਹਾਡੇ
ਇਹ ਮੈਂ ਤੁਹਾਡੇ ਸਾਹਮਣੇ ਰੱਖਤਾ ਆ, ਬਾਕੀ ਫੈਸਲਾ ਤੁਸੀਂ ਕਰਨਾ ਪਊ, ਕਿਉਂਕਿ ਇਹ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਮੇਰੇ ਬਹੁਤ ਸਾਰੇ ਸੱਜਣ ਮਿੱਤਰ ਜਦੋਂ ਫੋਨ ਕਰਦੇ, ਮੈਂ ਇਕੱਲੇ ਇਕੱਲੇ ਨੂੰ ਐਕਸਪਲੇਨ ਕਰਦਾ, ਕਰੀ ਜਾਂਦਾ ਵੀ ਇਦਾਂ ਹੋਇਆ, ਫਿਰ ਗੱਲ, ਫਿਰ ਅਗਲਾ ਫੋਨ ਚੁੱਕਦਾ, ਫਿਰ ਮੈਂ ਐਕਸਪਲੇਨ ਕਰਦਾ, ਫਿਰ ਅਗਲਾ ਫੋਨ ਚੁੱਕਦਾ, ਫਿਰ ਐਕਸਪਲੇਨ ਕਰਦਾ। ਸੋ ਇਹ ਵੀਡੀਓ ਨਾਲ ਥੋੜਾ ਜਿਹਾ ਸੌਖਾ ਹੋ ਗਿਆ ਕਿ ਤੁਹਾਨੂੰ ਪਤਾ ਲੱਗ ਗਿਆ ਕਿ ਉਹ ਸਾਰਾ ਇਸ਼ੂ ਹੈ ਕੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਨਦੀਪ ਸਿੰਘ ਮੰਨੇ ਨੂੰ ਇਹ ਲੱਗਦਾ ਸੀਗਾ ਕਿ ਇਹ ਇੰਦਰਬੀਰ ਬਲਾਰੀਆ ਦੇ ਟੱਚ ਦੇ ਵਿੱਚ ਜਿਹੜਾ ਆ ਉਹ ਹੈਗਾ ਆ, ਕਿ ਕਿਤੇ ਗੱਲ ਲੀਕ ਨਾ ਹੋ ਜੇ। ਮੈਨੂੰ ਸ਼ਹੀਦਾਂ ਸਾਹਿਬ ਦੇ ਬਾਹਰ ਬੁਲਾਉਂਦਾ ਆ, ਉੱਥੇ ਆਪਣੀ ਨੋਵਾ ਗੱਡੀ ਦੇ ਵਿੱਚ ਆਉਂਦਾ ਤੇ ਮੈਨੂੰ ਨਾਲ ਲੈ ਕੇ ਜਾਂਦਾ ਆ, ਤੇ ਅੱਗੇ ਜਾ ਕੇ ਇੱਕ ਸਾਡੇ ਉਹ ਟਾਂਗਰਾ ਤੋਂ ਮੈਮ ਐਨ ਜੀ ਓ ਚਲਾਉਂਦੇ ਨੇ, ਉਹਨਾਂ ਦੀ ਗੱਡੀ ਜਿਹੜੀ ਆ ECU, ਉਹ ਉਹਨਾਂ ਨੂੰ ਕੋਈ ਬੰਦਾ ਦੇ ਕੇ ਜਾਂਦਾ, ਜਿਹੜੀ ਅਸੀਂ ਲੋਕਡਾਊਨ ਦੇ ਦੌਰਾਨ ਜਦੋਂ ਰਾਸ਼ਨ ਵੰਡਦੇ ਸੀਗੇ ਉਸੇ ਗੱਡੀ ਦੇ ਵਿੱਚ ਅਸੀਂ ਉਹ ਵੰਡਦੇ ਸੀਗੇ। ਮੇ ਬੀ ਉਹਦਾ ਨੰਬਰ 2816 ਜਾਂ ਇੱਦਾਂ ਕੁਛ ਸੀਗਾ। ਉਸ ਵੀਡੀਓ ਦੇ ਵਿੱਚ ਵੀ ਉਹ ਗੱਡੀ ਜਿਹੜੀ ਨਜ਼ਰ ਆ ਰਹੀ ਹੈ, ਉੱਥੋਂ ਗੱਡੀ ਚੇਂਜ ਕੀਤੀ ਗਈ। ਸੋ ਮੈਨੂੰ ਇਹ ਲੱਗਦਾ ਸੀਗਾ ਕਿ ਸ਼ਾਇਦ ਅਸੀਂ ਕੂੜੇ ਦੇ ਡੰਪ ਵੱਲ ਜਾ ਰਹੇ ਹਾਂ, ਕਿਉਂਕਿ ਮੈਨੂੰ ਇਸ ਬਾਰੇ ਕੁਝ ਵੀ ਦੱਸਿਆ ਨਹੀਂ ਗਿਆ ਸੀਗਾ ਕਿ ਕਿਤੇ ਗੱਲ ਲੀਕ ਨਾ ਹੋ ਜੇ। ਰਾਹ ਦੇ ਵਿੱਚ ਸਾਨੂੰ ਉਹ ਐਸਡੀਓ ਸਾਹਿਬ ਮਿਲਦੇ ਨੇ, ਉਹ ਸਾਡੀ ਗੱਡੀ 'ਚ ਬੈਠਦੇ ਨੇ, ਆਪਣੀ ਗੱਡੀ ਉੱਥੇ ਕਿਤੇ ਪਾਰਕ ਕਰ ਦਿੰਦੇ ਨੇ, ਤੇ ਅਸੀਂ ਕੂੜੇ ਦੇ ਡੰਪ ਵੱਲ ਜਾਂਦੇ ਹਾਂ। ਉੱਥੇ ਜਾ ਕੇ ਜਦੋਂ ਉੱਥੇ ਮੈਂ ਵੀਡੀਓ ਦੇਖ ਰਿਹਾ ਹੁੰਦਾ ਵੀ ਕਿਸ ਤਰ੍ਹਾਂ ਬਣ ਸਕਦੀ ਹੈ, ਮੈਨੂੰ ਉਦੋਂ ਵੀ ਇਹ ਸਾਰੇ ਮਸਲੇ ਦਾ ਪਤਾ ਨਹੀਂ ਸੀਗਾ ਵੀ, ਕਿਉਂਕਿ ਉਹ ਕੂੜੇ ਦੇ ਡੰਪ ਦੀ ਉਦੋਂ ਦੀ ਗੱਲ ਚੱਲਦੀ ਸੀ, ਉਦੋਂ ਕੂੜੇ ਡੰਪ ਦਾ ਰੋਲਾ ਵੀ ਸੀਗਾ, ਮੇ ਬੀ ਉਹ ਸ਼ਿਫਟ ਕਰਨ ਦਾ ਰੋਲਾ ਸੀਗਾ ਜਾਂ ਕੀ ਸੀਗਾ। ਅਸੀਂ ਵੀਡੀਓ ਬਣਾ ਰਹੇ ਹੁੰਦੇ ਹਾਂ ਕਿ ਬਹੁਤ ਸਾਰੇ ਲੋਕ ਉੱਥੇ ਇਕੱਠੇ ਹੋ ਕੇ ਆ ਜਾਂਦੇ ਨੇ, ਉਹ ਧੱਕਾ ਮੁੱਕੀ ਕਰਦੇ ਨੇ, ਤੇ ਇੱਥੇ ਮੈਂ ਵੀ ਕਲੀਅਰ ਕਰਦਾ, ਜਿਹੜੀ ਉਹ ਵੀਡੀਓ ਆ ਉਹ 10 ਜਾਂ 11 ਨਵੰਬਰ 2021 ਦੀ ਹੈ, ਲਗਭਗ 1.5 ਤੋਂ 2 ਸਾਲ ਪੁਰਾਣੀ ਉਹ ਵੀਡੀਓ ਆ। ਉਹ ਧੱਕਾ ਮੁੱਕੀ ਕਰਦੇ ਨੇ, ਉੱਥੇ ਕੀ ਹੁੰਦਾ ਆ, ਜਿਹੜੀ ਉਹ ਵੀਡੀਓ ਉਹਨਾਂ ਨੇ ਪਾਈ ਆ ਉਹ ਉਸ ਵੀਡੀਓ ਦਾ ਇੱਕ ਛੋਟਾ ਜਿਹਾ ਪਾਰਟ ਆ, ਉਸ ਤੋਂ ਇਲਾਵਾ ਉਹ ਵੀਡੀਓ ਹਜੇ ਪੂਰੀ ਜਿਹੜੀ ਆ ਉਹਨਾਂ ਕੋਲ ਹਜੇ ਵੀ ਅਵੇਲੇਬਲ ਆ। ਮੈਂ ਉੱਥੋਂ ਜਿਹੜੀ ਧੱਕਾ ਮੁੱਕੀ ਹੁੰਦੀ ਆ ਉਹਦੇ ਵਿੱਚ ਮਨਦੀਪ ਸਿੰਘ ਮੰਨਾ ਕੁਛ ਵੀ ਨਹੀਂ ਬੋਲਦਾ ਵੀ ਅਸੀਂ ਇਹਨਾਂ ਦੇ ਦਾ ਰਿਪਲਾਈ ਕਰਨਾ ਜਾਂ ਕੀ ਕਰਨਾ, ਉਹਦੀ ਕੀ ਉਹਦੀ ਸਟ੍ਰੈਟੇਜੀ ਸੀਗੀ। ਮੈਨੂੰ ਉਹਨੇ ਆਪਾਂ ਚਾਹੇ ਸਾਡੀ ਗਿਣਤੀ ਘੱਟ ਸੀਗੀ ਪਰ ਉਹ ਲੜਾਈ ਕਰਕੇ ਚਾਹੇ ਸਾਡਾ ਹੀ ਨੁਕਸਾਨ ਹੁੰਦਾ ਉਹ ਕੀਤਾ ਜਾ ਸਕਦਾ ਸੀਗਾ। ਮੇ ਬੀ ਉਹਨੂੰ ਇਹ ਲੱਗਿਆ ਕਿ ਸਾਡੀ ਗਿਣਤੀ ਘੱਟ ਆ ਤੇ ਅਸੀਂ ਇੱਥੋਂ ਨਿਕਲੀਏ। ਜਦੋਂ ਅਸੀਂ ਨਿਕਲਦੇ ਹਾਂ ਤੇ ਉਸ ਤੋਂ ਬਾਅਦ ਉਹ ਜਿਹੜੇ ਸਾਰੀ ਉਹ ਟੀਮ ਉਹ ਇੰਦਰਬੀਰ ਸਿੰਘ ਬਲਾਰੀਆ ਦੇ ਸਭ ਤੋਂ ਖਾਸ ਬੰਦੇ ਜਿਹੜੇ ਆ, ਜਿਹੜੇ ਪ੍ਰੋਪਰਟੀ ਦਾ ਜਾਂ ਉਹਦੇ ਬਿਜ਼ਨਸ ਦੇ ਵਿੱਚ ਜਿਹੜੇ ਉਹ ਪਾਰਟਨਰਸ ਹੁੰਦੇ ਨੇ, ਉਹ ਮੈਨੂੰ ਪਤਾ ਲੱਗਦਾ ਕਿ ਉਹ ਨੇ। ਮੈਂ ਉਹਨਾਂ ਨੂੰ ਮਿਲਦਾ ਆ ਉਹਨਾਂ ਤੋਂ, ਕਿਉਂਕਿ ਉਹਨਾਂ ਨੂੰ ਇਹ ਡਾਊਟ ਸੀਗਾ ਕਿ ਸ਼ਾਇਦ ਮੈਂ ਵੀ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਨਾਲ ਜਿਹੜਾ ਆ ਉਹ ਰਹਿੰਦਾ ਆ। ਮੈਨੂੰ ਬੁਲਾਰੀਆ ਸਾਹਿਬ ਵੀ ਮਿਲਦੇ ਆ ਤੇ ਗੱਲ ਇਹ ਹੁੰਦੀ ਆ, ਉਹ ਮੈਨੂੰ ਇਹ ਦੱਸਦੇ ਆ ਕਿ ਇਸ ਚੀਜ਼ ਦੇ ਵਿੱਚ ਜੋ ਮੈਨੂੰ ਉਹਨਾਂ ਨੇ ਦੱਸਿਆ ਆ ਕਿ 1.25 ਕਰੋੜ ਅਸੀਂ ਮੰਨੇ ਨੂੰ ਜਿਹੜਾ ਆ ਉਹ ਦੇ ਚੁੱਕੇ ਆ, ਤੇ ਉਸ ਤੋਂ ਬਾਅਦ ਜਿਹੜੇ ਆ ਇਹ ਸਾਨੂੰ ਖਰਾਬ ਕਰ ਰਿਹਾ, ਇਹ ਵੱਧ ਪੈਸੇ ਮੰਗ ਰਿਹਾ ਆ ਉਸ ਕਲੋਨੀ ਨੂੰ ਰੈਗੂਲਰ ਕਰਨ ਦੇ ਚੱਕਰ ਦੇ ਵਿੱਚ ਅਫਸਰਾਂ ਨਾਲ ਮਿਲ ਕੇ ਇਹ ਗੱਲ ਚੱਲ ਰਹੀ ਹੈ। ਇਸ ਗੱਲ 'ਚ ਕਿੰਨੀ ਸੱਚਾਈ ਆ ਕਿੰਨਾ ਝੂਠ ਆ ਮੈਂ ਇਸ ਬਾਰੇ ਨਹੀਂ ਜਾਣਦਾ। ਉਸ ਤੋਂ ਬਾਅਦ ਮਨਦੀਪ ਸਿੰਘ ਮੰਨੇ ਦੇ ਨਾਲ ਜਿਹੜੇ 2 ਜਾਣੇ ਹੋਰ ਨਾਲ ਕੰਮ ਕਰਦੇ ਨੇ, ਅਸੀਂ ਕਲਾਸਮੇਟਸ ਹਾਂ, ਅਸੀਂ ਮਹੱਲੇ 'ਚ ਵੀ ਰਹਿੰਦੇ ਹਾਂ, ਨਰਸਰੀ ਤੋਂ ਇਕੱਠੇ ਪੜ੍ਹਦੇ ਰਹੇ ਹਾਂ, ਮੇਰਾ ਵੀਰ ਰਾਜਾ ਮਹਿਤਾ, ਅਜੇ ਸ਼ਰਮਾ ਤੇ ਮੈਂ, ਅਸੀਂ ਸ਼ੁਰੂ ਤੋਂ ਉਹਦੇ ਨਾਲ, ਮਤਲਬ ਕਿਉਂਕਿ ਜਦੋਂ ਕੰਪਨੀ ਹੋ ਜਾਂਦੀ ਹੈ ਦੋ ਦੋਸਤ ਤੁਹਾਡੇ ਨਾਲ ਹੋਣ, ਉਧਰੋਂ ਮੰਨਾ ਹੋਵੇ ਤੇ ਉਹ ਜ਼ਿਆਦਾ ਇੱਕ ਕੰਪਨੀ ਜੀ ਸਾਡੀ ਜਿਹੜੀ ਉਹ ਬਣ ਜਾਂਦੀ ਰਹੀ, ਤੇ ਉਹ ਜਿਹੜੀ ਆ ਅਸੀਂ ਰਾਤ ਉਸੇ ਰਾਤ ਨੂੰ ਉਹ ਫਿਰ ਮਨਦੀਪ ਸਿੰਘ ਮੰਨੇ ਨੂੰ ਮਿਲਣ ਲਈ ਕਹਿੰਦੇ ਨੇ ਕਿ ਉਹ ਮਿਲਦੇ ਆ, ਕੋਈ ਗੱਲ ਕਰਨੀ ਉਹਨਾਂ ਨੇ, ਤੇ ਨਾਵਲਟੀ ਦੇ ਥੱਲੇ ਲਾਂਸਫੋਰਡ ਚੌਂਕ ਦੇ ਵਿੱਚ ਇਹ ਆਪਸ ਚ ਮਿਲਦੇ ਨੇ। ਅਸੀਂ ਗੱਡੀ ਚ ਬੈਠੇ ਰਹਿੰਦੇ ਆ, ਇਹ ਉਹ ਜਿਹੜੇ ਮੁੰਡੇ ਦੋ ਸੀਗੇ, ਇੱਕ ਹੋਰ ਨਵਾਂ ਬੰਦਾ, ਇਹ ਨਾਵਲਟੀ ਚੌਂਕ ਚ ਖਲੋ ਕੇ ਕੋਈ ਗੱਲਬਾਤ ਕਰਦੇ ਨੇ। ਇਹ ਕੀ ਗੱਲ ਕਰਦੇ ਨੇ ਇਹਦੇ ਬਾਰੇ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਨਹੀਂ। ਮੈਂ ਉਹ ਸ਼ਖਸ ਆ ਜਿਹਨੂੰ ਪੰਜਾਬ ਸਰਕਾਰ ਨੇ ਬਹਾਦਰੀ ਦਾ ਪੁਰਸਕਾਰ ਦਿੱਤਾ, ਜਦੋਂ 8 ਕਿਲੋਮੀਟਰ 2 ਖੋਹ ਕਰਨ ਵਾਲਿਆਂ ਦਾ ਮੈਂ ਪਿੱਛਾ ਕੀਤਾ, ਉਹਨਾਂ ਕੋਲ ਹਥਿਆਰ ਸੀਗੇ, ਮੈਂ ਇਕੱਲਾ ਕਿਸੇ ਗੱਲੋਂ ਡਰਿਆ ਨਹੀਂ। 8 ਕਿਲੋਮੀਟਰ ਪਿੱਛਾ ਕਰਨ ਦੇ ਬਾਅਦ ਮੈਂ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਅਰੈਸਟ ਕਰਵਾਈ, ਉਹਨਾਂ ਤੇ ਪਰਚਾ ਦਰਜ ਕਰਵਾਇਆ ਅਤੇ ਮਾਣਯੋਗ ਕੋਰਟ ਨੇ ਉਸ ਕੇਸ ਨੂੰ ਫਾਸਟ ਟਰੈਕ ਤੇ ਸੁਣ ਕੇ ਤੇ 5-5 ਸਾਲ ਦੀ ਉਹਨਾਂ ਦੋਵਾਂ ਨੂੰ ਸਜ਼ਾ ਕੀਤੀ ਗਈ। ਇਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਮੈਨੂੰ ਬਹਾਦਰੀ ਪੁਰਸਕਾਰ ਨਾਲ ਜਿਹੜਾ ਆ ਉਹ ਨਵਾਜਿਆ ਗਿਆ। ਅੱਜ ਵੀ ਮੈਂ ਆਪਣੇ ਨਾਮ ਦੇ ਨਾਲ ਸਟੇਟ ਅਵਾਰਡੀ ਜਿਹੜਾ ਲਿਖਦਾ ਆ। ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਘਬਰਾਉਣ ਵਾਲਾ ਨਹੀਂ ਹੈ। ਗੱਲ ਉੱਥੇ ਸਟ੍ਰੈਟਜੀ ਦੀ ਸੀਗੀ ਕਿ ਮੌਕੇ ਮੁਤਾਬਿਕ ਕੀ ਕਰਨਾ ਚਾਹੀਦਾ ਸੀ, ਕੀ ਨਹੀਂ ਕਰਨਾ ਚਾਹੀਦਾ, ਇਹ ਤੇ ਇੱਕ ਗੱਲ। ਇਸ ਤੋਂ ਇਲਾਵਾ ਕਈ ਚੀਜ਼ਾਂ ਐਸੀਆਂ ਘਟਨਾਵਾਂ ਜ਼ਿੰਦਗੀ 'ਚ ਵਾਪਰੀਆਂ ਜਿੱਥੋਂ ਨਾ ਕਦੇ ਡਰਿਆ ਨਾ ਡਰਨ ਵਾਲੇ ਆ। ਗੱਲ ਇਹ ਸੀਗੀ ਕਿ ਉੱਥੇ ਜਿਹੜਾ ਸਾਡਾ ਚੀਫ ਸੀਗਾ, ਜਿਹੜਾ ਜਿਹੜਾ ਮੇਰਾ ਕਲਾਇੰਟ ਸੀਗਾ ਮਨਦੀਪ ਸਿੰਘ ਮੰਨਾ, ਜਾਂ ਜਿਹੜਾ ਉਹਦਾ ਕੀ ਰਿਐਕਸ਼ਨ ਸੀਗਾ। ਦੂਜਾ, ਮੈਨੂੰ ਇਹਨਾਂ ਦੇ ਝਗੜੇ 'ਚ ਪੈ ਕੇ ਮੈਂ ਕਰਨਾ ਕੀ ਸੀਗਾ। ਮੈਂ ਤਾਂ ਆਪਣਾ ਕੰਮ ਕਰਨ ਲਈ ਗਿਆ ਸੀਗਾ ਕਿ ਮੈਂ ਵੀਡੀਓ ਬਣਾਵਾਂ, ਸ਼ੂਟਿੰਗ ਕਰਾਂ, ਐਡਿਟ ਕਰਾਂ ਤੇ ਉਹ ਲੋਕਾਂ ਸਾਹਮਣੇ ਆਪਣਾ ਇਸ਼ੂ ਚੁੱਕ ਲੈਣ। ਸੋ
ਇਹ ਕੰਪਲੀਟ ਇਸ਼ੂ ਸੀਗਾ ਕਿ ਤਾਰਾਂ ਵਾਲੇ ਪੁੱਲ ਤੋਂ ਜਿਹੜਾ ਸੱਜੇ ਹੱਥ ਮੁੜ ਕੇ ਤਰਨ ਤਾਰਨ ਉੱਤੇ ਗੋਲ ਘਤਾਰੇ ਤੋਂ ਜਿਹੜਾ ਉਹ ਜਿਹੜਾ ਪੁੱਲ ਬਣਿਆ ਹੋਇਆ ਉੱਧਰ ਦੀ ਇੱਕ ਰੋਡ ਬਣਾਈ ਜਾਣੀ ਸੀਗੀ ਜਿਹੜੀ ਦਾਣਾ ਮੰਡੀ ਤੇ ਥਾਣੀ ਹੋ ਕੇ ਦਾਣਾ ਮੰਡੀ ਚ ਖਤਮ ਹੋਣੀ ਸੀਗੀ ਤੇ ਉਧਰੋਂ ਸ਼ਹਿਰ ਨੂੰ ਜੋੜੀ ਜਾਣੀ ਸੀਗੀ ਉਹਦੇ ਵਿੱਚ ਕੁਝ ਜਗ੍ਹਾ ਖਰੀਦ ਕੇ ਇੰਦਰਵੀਰ ਬੁਲਾਰੀਆ ਵੱਲੋਂ ਉੱਥੇ ਕਲੋਨੀਆਂ ਕੱਟੀਆਂ ਜਾ ਰਹੀਆਂ ਸੀ ਜੋ ਮੈਨੂੰ ਮਨਦੀਪ ਸਿੰਘ ਮੰਨੇ ਨੇ ਇਸ ਗੱਲ ਦਾ ਬਾਅਦ ਚੋਂ ਦੱਸਿਆ ਗਿਆ ਹੁਣ ਇਸ ਗੱਲ ਚ ਕੀ ਸੱਚਾਈ ਆ ਕੀ ਝੂਠ ਆ ਇਹ ਮੈਂ ਤੁਹਾਡੇ ਸਾਹਮਣੇ ਰੱਖਤਾ ਆ ਬਾਕੀ ਫੈਸਲਾ ਤੁਸੀਂ ਕਰਨਾ ਕਿਉਂਕਿ ਇਹ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਮੇਰੇ ਬਹੁਤ ਸਾਰੇ ਸੱਜਣ ਮਿੱਤਰ ਜਦੋਂ ਫੋਨ ਕਰਦੇ ਮੈਂ ਕੱਲੇ ਕੱਲੇ ਨੂੰ ਐਕਸਪਲੇਨ ਕਰਦਾ ਕਰੀ ਜਾਂਦਾ ਵੀ ਇਦਾਂ ਹੋਇਆ ਫਿਰ ਗੱਲ ਫਿਰ ਅਗਲਾ ਫੋਨ ਚੁੱਕਦਾ ਫਿਰ ਮੈਂ ਐਕਸਪਲੇਨ ਕਰਦਾ ਫਿਰ ਅਗਲਾ ਫੋਨ ਚੁੱਕਦਾ ਫਿਰ ਐਕਸਪਲੇਨ ਕਰਦਾ ਸੋ ਇਹ ਵੀਡੀਓ ਨਾਲ ਥੋੜਾ ਜਿਹਾ ਸੌਖਾ ਹੋ ਗਿਆ ਕਿ ਤੁਹਾਨੂੰ ਪਤਾ ਲੱਗ ਗਿਆ ਕਿ ਉਹ ਸਾਰਾ ਇਸ਼ੂ ਹੈ ਕੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।